ਲੈ ਹੁਣ ਤਾਂ ਪੜਦਾ ਲਓ ਆਪ ਹੀ ਪੜਦਾ ਚਲ ਆਏ ਤੋ ਮੰਮੀ ਹਾਂ ਮੰਮੀ ਪਸੀਨਾ ਹੀ ਬੜਾ ਆਇਆ ਮੈਨੂੰ ਦੇਖ ਵੀ ਨਾ ਚਲ ਆ ਲੈ ਤੂੰ ਆਪ ਦਾ ਫੜ ਜਾ ਭੱਜੋ ਭੱਜੋ ਤੁਸੀਂ ਬਣਾਉਂਦੇ ਕਿਉਂ ਓਏ ਸ਼ਰਾਰੇ ਵਾਲੇ ਬੱਚੇ ਉਹ ਮੋਦੀ ਏ ਸੋ ਦੋਸਤੋ ਨੈਕਸਟ ਡੇ ਹੋ ਗਿਆ ਬੱਚੀ ਦੇਖ ਲਓ ਉੱਠ ਗਈ ਚੂੜੀਆਂ ਐ ਸੁਬਹ ਉੱਠਦੇ ਹੀ ਪੈਣ ਲੱਗੀ ਰਾਤੀ ਮੈਂ ਲਾਤੀ ਨਹੀਂ ਰੁੱਸ ਗਈ ਸੀ ਟ੍ਰੋਲ ਲੱਗ ਗਈ ਕਿ ਕਿਉਂ ਰੇਡੀ ਰੂਡੀ ਹੋ ਗਏ ਮਿਲਦੇ ਨੇ ਰੱਖੜੀ ਦੀਆਂ ਚੱਲ ਰਹੀਆਂ ਤਿਆਰੀਆਂ ਦੋਸਤੋ ਫਾਈਨਲੀ ਮੇਰਾ ਲੁੱਕ ਸਲੰਦ ਮੈਂ ਆਉਂਦਾ ਡਰੈਸ ਪਹਿਨੇ ਦੋਸਤੋ ਕਿ ਜਗ੍ਹਾ ਲੱਗ ਰਿਹਾ ਕਿੱਧਰ ਕੈਮਰਾ ਕੀਤਾ ਹੋਇਆ ਆ ਰਿਹਾ ਤੇ ਮੰਮੀ ਤੁਸੀਂ ਵੀ ਦਿਖਾਓ ਮੰਮੀ ਨੂੰ ਮੈਂ ਰੱਖੜੀ ਦਾ ਗਿਫਟ ਲੈ ਕੇ ਦਿੱਤਾ ਹਾਂ ਸੋਹਣਾ ਹੈ ਆ ਦੇਖੋ ਮੈਂ ਸਾਰੀ ਵੱਡੀ ਲੈ ਮੈਂ ਹੀ ਰੱਖੀ ਨਾ ਤੇ ਥੋੜਾ ਜਿਹਾ ਖਿੰਨੀ ਖਿੰਨੀ ਨਹੀਂ ਥੋੜੀ ਥੋੜੀ ਮਠਿਆਈ ਮਠਿਆਈ ਵੀ ਰੱਖ ਮੋਹ ਦੇ ਪਾਤ ਲਿਆ ਆ ਰੱਖਣੀ ਕੀ ਹੈ ਇਹ ਹੈਗੀ ਆ ਕਿੱਕੋ ਨੂੰ ਕਿੱਕੋ ਨੇ ਭੇਜੀ ਚਾਰਾਂ ਦੀ ਪਹਿਲਾਂ ਹੀ ਜੱਪੂ ਨੇ ਖਲਾਰੇ ਪਾਲੇ ਆਪਣੇ ਮੰਨੀ ਯਾਰ ਦੁਬਾਰਾ ਕਰੂੰਗੀ ਕੈਮਰਾ ਬਣਾਉਣੀ ਸੋਹਣੀ ਬਣਾਈ ਸੀ ਵੀਰ ਕੱਢ ਕੇ ਜਦੋਂ ਹੀ ਜਦੋਂ ਗਿਫਟ ਦੇਣਾ ਹੋਵੇ ਨਾ ਫਿਰ ਐ ਰੱਖ ਕੇ ਐ ਦਿਓ ਓਕੇ ਜੱਪੂ ਨੇ ਤਾਂ ਮੇਨ ਹੈ ਕੀ ਮੈਂ ਹੈ ਕੀ ਉਹੀ ਗੇਮ ਆ ਖੇਡਣ ਵਾਲੀ ਕਿਹੜੀ ਜਲਦੀ ਕਰ ਜੱਪੂ ਪਸੀਨਾ ਆ ਰਿਹਾ ਜੱਪੂ ਦੀ ਲੁੱਕ ਦਿਖਾ ਦੋ ਜੱਪੂ ਗੋਲ ਗੋਲ ਘੁੰਮੀ ਕਰੋ ਜੱਪੂ ਘੁੰਮੀ ਜੱਪੂ ਘੁੰਮੀ ਗਿਫਟ ਹੁਣ ਪਹਿਲਾਂ ਹੀ ਦਿਖਾ ਦੋ ਤੁਸੀਂ ਮੈਂ ਹੈ ਕਿ ਪਟਣ ਲੱਗੀ ਫਿਰ ਤੋਂ ਨਾ ਪੱਟੀ ਨਾ ਮੰਮਾ ਕੀ ਆ ਚਲ ਆਇਆ ਜੱਪੂ ਚਲੋ ਵੀਰੇ ਦੀ ਰੱਖਣੀ ਪਾ ਦੀਪੇ ਨੂੰ ਨਾ ਫੜ ਲਿਓ ਹੁਣ ਤਾਂ ਪੜਦਾ ਲਓ ਆਪ ਹੀ ਪੜਦਾ ਚਲਾ ਲੈ ਤੂੰ ਆਪ ਦਾ ਫੜ ਜਾ ਭੱਜੋ ਓਏ ਸ਼ਰਾਰੇ ਵਾਲੇ ਬੱਚੇ ਉਹ ਮੋਦੀ ਏ ਇਹ ਮੋਦੀ ਹਲੇ ਬੈਠ ਕੇ
ਡਾਇਰੀ ਫੋਟੋ ਖਿੱਚ ਫੋਟੋ ਖਿੱਚ ਮੇਰੇ ਫੋਨ ਦੇ ਵਿੱਚ ਉਹਨਾਂ ਗਿਫਟ ਖੋਲਦਾ ਹੋਇਆ ਹੁਣ ਆ ਗਈ ਆ ਗਈ ਆ ਗਈ ਜੈ ਕਰ ਦੋ ਜੱਪੂ ਜੱਪੂ ਜੈ ਅੱਜ ਗੁੱਟ ਭਰਨਗੇ ਸਾਰਿਆਂ ਦੇ ਆਹ ਵਾਲੀ ਬੰਨੇ ਬੰਨੇ ਦੇ ਸੁਣ ਆ ਰੀਤੂ ਨੇ ਭੇਜੀ ਤੈਨੂੰ ਇਹ ਮੇਰੀ ਨਹੀਂ ਇਸ ਦੀਦੀ ਨੇ ਦੀਦੀ ਨੇ ਭੇਜੀ ਨਾ ਸੀਮਾ ਨੇ ਸੀਮਾ ਨੇ ਰੀਤੂ ਵਾਲੀ ਕਿਹੜੀ ਆ ਪਹਿਲਾਂ ਦੋਨਾਂ ਦੀ ਇਕੱਠੀ ਬੰਨਾ ਨਾ ਲਿਓ ਤਾਂ ਡੈਡੀ ਬਣਾਉਂਦੇ ਇੱਧਰ ਦੀ ਵੀਡੀਓ ਆ ਹੱਥ ਕਰ ਡੈਡੀ ਬਣਾ ਹੱਥ ਕਰ ਬਹਿ ਜਾ ਮੈਂ ਕਿਹਾ ਇੱਧਰ ਬਿਠਾ ਕੇ ਬੰਨੋ ਫਿਰ ਲੈ ਫਿਰ ਬਿੰਨੀ ਕਰ ਬਣਾ ਲੂ ਕੀ ਕਰ ਕਿਆ ਨੂੰ ਉੱਠਣ ਵਾਸਤੇ ਛੋਟਾ ਕਰ ਲਈ ਚਲੋ ਬੋਧੀ ਮਾਸਟਰ ਬੋਧੀ ਲਾਈ ਉਂਗਲ ਤੇ ਲਵਾ ਲਈ ਸਾਰੇ ਪਟਾਕਿਆਂ ਨਾਲ ਮੈਨੂੰ ਦੇ ਦੋ ਦੋਸਤੋ ਇਹ ਸਾਨੂੰ ਗਿਫਟ ਵੀ ਮਿਲੇ ਆ ਮਤਲਬ ਆਹ ਦੀਦੀ ਹੋਣਾ ਨੇ ਭੇਜਿਆ ਮੰਮੀ ਹੋਣਾ ਨੇ ਆ ਸੀਮਾ ਨੇ ਭੇਜਿਆ ਜੈ ਮਹਾਕਾਲ ਬਿੰਨੀ ਹੋਣਾ ਜੱਪੂ ਨੇ ਬਾਹਰ ਕੱਢ ਲਿਆ ਇੱਕ ਬੋਧੀ ਕਿੱਧਰ ਗਈ ਕਾਕੇ ਦੀ ਜਾ ਰਹੇ ਹਾਂ ਹੋਸਪਿਟਲ ਡੈਡੀ ਦਾ ਇੱਕ ਇੰਜੈਕਸ਼ਨ ਲੈਣਾ ਉਹ ਲੈਣ ਵਾਸਤੇ ਰੱਖੜੀਆਂ ਸਾਰਿਆਂ ਨੇ ਬੰਨ ਲਈਆਂ ਖਾਣਾ ਵਾਣਾ ਖਾ ਕੇ ਹੁਣ ਨਿਕਲੇ ਕਿੱਥੇ ਚੱਲੇ ਪੈਂਦੇ ਆਪਾਂ ਕਿਹੜੀ ਜਗ੍ਹਾ 'ਤੇ ਬੇਸ ਹੋਸਪਿਟਲ ਦਿੱਲੀ ਹਾਂ ਇੱਕ ਇੰਜੈਕਸ਼ਨ ਜੋ ਹੈ ਡੈਡੀ ਦੇ ਲੱਗਣਾ ਵਾ ਬਾਂਹ ਕਰਕੇ ਜਿਹੜੀ ਪੈਰਾਲਾਈਜ਼ ਹੋਈ ਸੀਗੀ ਅਤੇ ਉਹ ਇੱਕ ਡਾਕਟਰ ਨੇ ਕਿਹਾ ਕਿ ਇੰਜੈਕਸ਼ਨ ਨਾਲ ਠੀਕ ਹੋਣਾ ਤਾਂ ਅਸੀਂ ਲੈਣ ਜਾ ਰਹੇ ਹਾਂ ਜੇ ਉੱਥੇ ਅਸੀਂ ਵੇਟ ਕਰਦੇ ਤਾਂ ਉਹ ਕਹਿੰਦੇ ਕਿ ਇੱਕ ਮਹੀਨਾ ਮਤਲਬ ਲੱਗ ਜੂਗਾ ਆਉਣ ਵਾਸਤੇ ਜੇ ਤੁਸੀਂ ਖੁਦ ਲੈ ਕੇ ਆ ਸਕਦੇ ਹੋ ਤਾਂ ਲੈ ਆਓ ਤੁਸੀਂ ਦੱਸ ਕੇ ਅਸੀਂ ਲੈ ਆਉਂਦੇ ਹਾਂ ਹੈ ਨਾ ਬਾਈ
ਹੱਥ ਜੋ ਹੈ ਦੋਸਤੋ ਪ੍ਰੇਅਰ ਕਰੋ ਜਲਦੀ ਤੋਂ ਜਲਦੀ ਠੀਕ ਹੋ ਜਾਓ ਡੈਡੀ ਆ। ਅਤੇ ਮੈਡਮ ਜੀ ਸੌਂ ਗਏ ਨੇ, ਜਿਹਨੂੰ ਮੈਂ ਗੋਦੀ 'ਚ ਪਾਉਂਦੀ। ਸਹਿਜ ਮੂੰਹ 'ਚ ਹੱਥ ਕਿਉਂ ਪਾਇਆ? ਪਾਇਆ ਵਾ ਪਹਿਲਾਂ ਮੂੰਹ 'ਚ ਹੀ ਹੈ। ਚਲੋ ਦੋਸਤੋ ਮਿਲਦੇ ਰਹਾਂਗੇ ਇਸੇ ਦੇ ਨਾਲ। ਅੱਜ ਕੰਮ ਅੱਜ ਜੱਪੂ ਨਾ 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 ਟੁੱਟ ਜੂਗਾ। ਸਹਿਜ ਖਿੱਚਿਆ ਕਿਉਂ ਤੂੰ? ਟੁੱਟ ਜਾਣਾ ਸੀਗਾ। ਦੋਸਤੋ ਇਹ ਇੰਜੈਕਸ਼ਨ ਦੇ ਲਈ ਅਸੀਂ ਆਏ ਸੀ। ਇਹ ਇੰਜੈਕਸ਼ਨ ਸਾਨੂੰ ਮਿਲ ਗਿਆ ਆਰਮੀ ਤੋਂ, ਕਿਉਂਕਿ ਇਹਦੀ ਕੋਸਟ ਕਾਫੀ ਜ਼ਿਆਦਾ ਹੈ ਬਾਹਰੋਂ। ਪਰ ਡੈਡੀ ਨੂੰ ਤਾਂ ਆਰਮੀ ਵੱਲੋਂ ਵੀ ਫ੍ਰੀ ਇਲਾਜ ਹੁੰਦਾ, ਤਾਂ ਫ੍ਰੀ ਜਿਵੇਂ ਠੀਕ ਲੱਗੇ ਹੈ ਨਾ ਬਿੰਨੀ। ਹੁਣ ਇਹ ਲੱਗੂਗਾ ਡੈਡੀ ਦੇ ਮਸਲਸ ਚਲਾਉਂਦੇ ਮਸਲ ਦੇ ਵਿੱਚ ਨਾ, ਐਵੇਂ ਨਾ ਪਾੜ ਪੂੜ ਦੇਈ ਕੋਈ ਵੀ ਡੱਬਾ। ਚੱਲ ਆ ਜਾ, ਆ ਜਾ ਜਪਰੂਰ, ਆ ਜਾ ਤੀਜੀ ਖਾਣਾ, ਆ ਜਾਓ ਜੱਪੂ। ਬਾਏ ਮੰਮਾ ਚੱਲੇ, ਬਾਏ ਬਾਏ ਜਪਰੂਰ। ਮੰਮਾ ਹਾਂਜੀ ਹਾਂਜੀ ਆ ਦੇ ਲੋ ਕੁੜੀ ਜੀ ਸ਼ਰਾਬ ਬੱਚੀ ਜੱਪੂ ਇੱਧਰ ਆ ਗੱਡੀ ਚਲਾਉਂਦੇ ਪਾਪਾ ਨੂੰ ਪਾਣੀ ਪੂਣੀ ਪੀ ਗੱਪੂ ਦਾ ਸੀਗਾ ਬਾਰਬੀ ਵਾਲਾ। ਮੇਰਾ ਨਾ ਛੇੜਾ ਉਹਦੇ ਵਾਲੇ ਨਾਲ, ਨੇਲ ਪੇਂਟ ਲਿਪਸਟਿਕ ਕੌਮ ਦੀਆ ਡਰਾਇਰ ਪਰ ਜੱਪੂ ਆ ਦੇਖ ਰਿੰਗ ਵੀ ਆ ਜੱਪੂ, ਆ ਹੈਂਡ ਵਾਲਾ ਵੀ ਆ ਜੱਪੂ ਦਾ। ਜੱਪੂ ਆ ਦੇਖ ਰਿੰਗ ਪਹਿਨੋ ਇਹਦੇ 'ਚ ਪਾ ਲਾ। ਇਸੇ ਦੇ ਨਾਲ ਦੋਸਤੋ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਗੁੱਡ ਨਾਈਟ ਸਾਰਿਆਂ ਨੂੰ। ਸ਼ਾਮ ਦਾ ਟਾਈਮ ਆ ਵੈਸੇ ਤਾਂ, ਬਸ ਫਿਰ ਵੀਡੀਓ ਨੂੰ ਐਂਡ ਕਰਦੇ ਹਾਂ। ਚਲੋ ਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ। ਗੁੱਡ ਨਾਈਟ।